ਅੱਬੇ ਦਾ ਪਿਓ ਹੁੰਦਾ ਦਾਦਾ ਤੇ ਦਾਦੇ ਦਾ ਪਿਓ ਹੁੰਦਾ ਪਰਦਾਦਾ ਪਰਦਾਦੇ ਦੇ ਪਿਓ ਨੂੰ ਕੀ ਕਹਿ ਕੇ ਬੁਲਾਵਾਂਗੇ ਪਰਦਾਦੇ ਦੇ ਪਿਓ ਨੂੰ ਪਰਦਾਦਾ ਕਹਿ ਦੇ ਪੰਜਾਬੀ ਦੇ ਵਿੱਚ ਖਾਮਦ ਨੂੰ ਕੀ ਕਹਿੰਦੇ ਆ ਕਸਮ ਕਹਿੰਦੀ ਹੈ ਸ਼ਾਇਦ ਅੱਛਾ ਇਹ ਤੁਹਾਡੇ ਖਸਮ ਨੇ ਖਸਮ ਦਾ ਮਤਲਬ ਕੀ ਹੁੰਦਾ ਖਾ ਕਸਮ ਅਸੂ ਕੱਤੇ ਪੋ ਮਾਂਗ ਜੇਠ ਹਾੜ ਹੋ ਗਿਆ ਛੇ ਕਬੱਡੀ ਗੁੱਲੀ ਡੰਡਾ ਕੈਂਚੇ ਜੱਸੂ ਪੰਜੂਹਾਰ ਕਬੂਤਰ ਡੋਲੀ ਪਰਦਾਦੇ ਦੇ ਪਿਓ ਨੂੰ ਕੀ ਕਹਿ ਕੇ ਬੁਲਾਉਣਾ ਚਾਹੀਦਾ ਉਹਦਾ ਰਿਸ਼ਤਾ ਇੱਕ ਕਿਸ ਰਿਸ਼ਤੇ ਤੋਂ ਅਸੀਂ ਉਹਨੂੰ ਬੁਲਾਉਣਾ ਚਾਹੀਦਾ ਪਰ ਮੈਂ ਹੀ ਆਏਗਾ ਪਰ ਮੈਂ ਹੀ ਆਏਗਾ ਪਰ ਮੈਂ ਹੀ ਆਏਗਾ ਅਸਲਾਮ ਅਲੈਕੁਮ ਨਾਜ਼ਰੀਨ ਅਸੀਂ ਤੁਹਾਡੇ ਆਪਣੇ ਮੇਜ਼ਬਾਨ ਆਰ ਕੇ ਰਜ਼ਾਕ ਅਤੇ ਮਹਿਕ ਪੰਜਾਬਣ ਇਸ ਟਾਈਮ ਮੌਜੂਦ ਹੈਗੇ ਹਾਂ ਜੱਲੋ ਪਾਰਕ ਵਿੱਚ ਤੁਹਾਨੂੰ ਅੱਠਾਂ ਦਿਲਾਂ ਦੀਆਂ ਗਹਿਰਾਈਆਂ ਤੂੰ ਜਹਾਜ਼ ਦੀਆਂ ਉਡਾਈਆਂ ਤੂੰ ਅਤੇ ਮੋਟਰਵੇ ਦੀਆਂ ਉੱਚਾਈਆਂ ਤੂੰ ਅਤੇ ਸਮੁੰਦਰ ਦੀਆਂ ਗਹਿਰਾਈਆਂ ਤੂੰ ਜੀ ਆਇਆਂ ਨੂੰ ਕਹਿੰਦੇ ਹਾਂ ਮੌਜੂਦ ਨੇ ਆਰ ਕੇ ਰਜ਼ਾਕ ਸਾਹਿਬ ਜੋ ਮੇਰੇ ਸੀਨੀਅਰ ਹੋਸਟ ਹੈਗੇ ਨੇ ਉਹ ਇਹਨਾਂ ਨਾਲ ਥੋੜ੍ਹੀ ਗੱਲਬਾਤ ਕਰਨੀ ਥੈਂਕ ਯੂ ਜੀ ਮੈਂ ਤੁਹਾਨੂੰ ਆਪਣਾ ਰੰਗ ਟੀ ਵੀ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੀ ਗੱਲ ਉਹਦੇ ਵਿੱਚ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਰਨ ਕਹਿੰਦੇ ਹਾਂ ਔਰ ਅੱਜ ਇੱਥੇ ਆਉਣ ਦਾ ਜਿਹੜਾ ਸਾਡਾ ਮਕਸਦ ਹੈ ਅਸੀਂ ਲੋਕਾਂ ਦੀ ਪੰਜਾਬੀ ਚੈੱਕ ਕਰਨੀ ਹੈ ਔਰ ਅਸੀਂ ਲੋਕਾਂ ਨਾਲ ਕਰਾਂਗੇ ਕੁਛ ਖੱਟੀਆਂ ਮਿੱਠੀਆਂ ਗੱਲਾਂ ਔਰ ਕੁਛ ਮਜ਼ੇਦਾਰ ਗੁਫ਼ਤਗੂ ਅੱਛਾ ਤੇ ਹੁਣ ਇਹ ਦੱਸੋ ਕਿ ਅੱਜ ਦਾ ਸਾਡਾ ਜਿਹੜਾ ਫੈਮਲੀਆਂ ਨਾਲ ਸਵਾਲ ਹੈ ਉਹ ਕੀ ਹੋਏਗਾ ਇਹ ਦੱਸੋ ਤੁਸੀਂ ਸਾਡੇ ਪਿਓ ਦਾ ਪਿਓ ਦਾਦਾ ਅਤੇ ਦਾਦੇ ਦਾ ਪਿਓ ਪੜਦਾਦਾ ਅਤੇ ਪੜਦਾਦੇ ਦੇ ਪਿਓ ਨੂੰ ਕੀ ਕਹਿੰਦੇ ਕੀ ਕਹਿੰਦੇ ਨੇ ਵੈਸੇ ਕੀ ਕਹਿੰਦੇ ਨੇ ਬਾਅਦ 'ਚ ਦੱਸਾਂਗੇ ਨਾਜ਼ਰੀਨ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵਾਂਗੇ ਆਪਣੇ ਪ੍ਰੋਗਰਾਮ ਦੇ ਐਂਡ 'ਤੇ ਕਿ ਆਪਣੇ ਪਿਓ ਦਾ ਪਿਓ ਤਾਂ ਹੋ ਗਿਆ ਦਾਦਾ ਦਾਦੇ ਦਾ ਪਿਓ ਹੋ ਗਿਆ ਪੜਦਾਦਾ ਅਤੇ ਪੜਦਾਦੇ ਦੇ ਪਿਓ ਨੂੰ ਕੀ ਕਹਿੰਦੇ ਨੇ ਇਹ ਅਸੀਂ ਅੱਜ ਮੁਖਤਲਿਫ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇੱਕ ਹੋਰ ਸ਼ਹਿਰੀ ਮੌਜੂਦ ਨੇ ਜਿਹੜੇ ਇਸ ਪਾਰਕ ਦੇ ਵਿੱਚ ਗਾਲਬਨ ਇੰਜੋਏ ਕਰਨ ਆਏ ਨੇ ਅਤੇ ਉਹਨਾਂ ਦੇ ਨਾਲ 10-12 ਬੱਚੇ ਨੇ ਅਤੇ ਬੱਚੇ ਜਿਹੜੇ ਨੇ ਉਹ ਇੰਜੋਏ ਨਹੀਂ ਕਰਨ ਦਿੰਦੇ ਅਸਲ ਜਿਹੜਾ ਇੰਜੋਏ ਹੁੰਦਾ ਉਹ ਬੇਗਮਾਤ ਦਾ ਔਰ ਬੱਚਿਆਂ ਦਾ ਹੁੰਦਾ ਅਤੇ ਜਿਹੜੇ ਅੱਬੂ ਹੁੰਦੇ ਨੇ ਉਹਨਾਂ ਦੀ ਇਸ ਤਰ੍ਹਾਂ ਦੀ ਸ਼ਕਲ ਹੋ ਜਾਂਦੀ ਹੈ ਅਤੇ ਅਸੀਂ ਉਹਨਾਂ ਨਾਲ ਗੁਫ਼ਤਗੂ ਕਰਾਂਗੇ ਅਤੇ ਸਵਾਲ ਪੁੱਛਾਂਗੇ ਉਹਨਾਂ ਕੋਲੋਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅੱਛਾ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਸਾਡਾ ਜਿਹੜਾ ਅੱਬਾ ਹੈ ਉਹਦੇ ਅੱਬੇ ਨੂੰ ਅਸੀਂ ਕਹਿੰਦੇ ਹਾਂ ਦਾਦਾ ਦਾਦੇ ਦੇ ਅੱਬੇ ਨੂੰ ਅਸੀਂ ਕਹਿੰਦੇ ਹਾਂ ਪਰਦਾਦਾ ਅਤੇ ਪਰਦਾਦੇ ਦੇ ਅੱਬੇ ਨੂੰ ਅਸੀਂ ਕੀ ਕਹਿ ਕੇ ਬੁਲਾਵਾਂਗੇ ਯਾਰ ਉਹ ਤਾਂ ਆਸਾਨ ਸਵਾਲ ਹੈ ਠੀਕ ਹੈ ਪੰਜਾਬੀ ਦਾ ਸਵਾਲ ਹੈ ਇਹਦੇ ਤੋਂ ਇਹ ਜ਼ਾਹਿਰ ਹੁੰਦਾ ਕਿ ਅਸੀਂ ਲੋਕ ਆਪਣੇ ਵਾਲਦੈਨ ਦੀ ਤਰਬੀਅਤ ਦੇ ਕਿੰਨੇ ਕੁ ਆਪਣਾ ਨਾਲ ਆ ਆਪਣੀ ਹਿਸਟਰੀ ਕਿੰਨੀ ਕੁ ਜਾਣਦੇ ਹਾਂ ਔਰ ਅਸੀਂ ਆਪਣੀ ਪੰਜਾਬੀ ਬੋਲੀ ਨਾਲ ਔਰ ਪੰਜਾਬੀ ਰਿਸ਼ਤਿਆਂ ਨਾਲ ਕਿੰਨਾ ਕੁ ਜੁੜੇ ਹਾਂ ਇਹ ਇੱਥੋਂ ਸਾਬਿਤ ਹੁੰਦਾ ਨਹੀਂ ਮੇਰੀ ਦੱਸ ਦਿਓ ਯਾਰ ਇਹਨਾਂ ਕੋਲੋਂ ਪੁੱਛ ਲਓ ਮੈਂ ਤੂੰ ਮੈਨੇ ਦੱਸ ਦੇ ਨਹੀਂ ਨਾਮ ਅੱਧਾ ਅੱਧਾ ਕਰ ਲਾਂਗੇ ਨਾਮ ਅੱਧਾ ਅੱਧਾ ਤੁਹਾਨੂੰ ਹਾਥੀ ਨਹੀਂ ਦੇ ਰਹੇ ਨਹੀਂ ਆ ਰਿਹਾ ਬਾਜੀ ਆ ਜਾਓ ਜ਼ਰਾ ਇੱਕ ਮਿੰਟ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਐ ਤੁਹਾਡੇ ਹਸਬੈਂਡ ਨੇ ਹਾਂਜੀ ਬਾਜੀ ਮੈਂ ਸਵਾਲ ਪੁੱਛਿਆ ਕਿ ਪਰਦਾਦੇ ਦੇ ਪਿਓ ਨੂੰ ਕੀ ਕਹਿ ਕੇ ਬੁਲਾਉਣਾ ਚਾਹੀਦਾ ਉਹਦਾ ਰਿਸ਼ਤਾ ਇੱਕ ਕਿਸ ਰਿਸ਼ਤੇ ਤੋਂ ਅਸੀਂ ਉਹਨੂੰ ਬੁਲਾਉਣਾ ਚਾਹੀਦਾ ਪਰ ਮੈਂ ਹੀ ਆਏਗਾ ਪਰ ਮੈਂ ਹੀ ਆਏਗਾ ਪਰ ਮੈਂ ਹੀ ਆਏਗਾ ਪਰ ਮੈਂ ਹੀ ਬੋਲਾ ਜਾਏ ਉਹਨਾਂ ਕੋ ਵੀ ਅੱਛਾ ਪੰਜਾਬੀ ਦੇ ਵਿੱਚ ਖਾਮਦ ਨੂੰ ਕੀ ਕਹਿੰਦੇ ਆ ਖਸਮ ਕਹਿੰਦੀ ਹੈ ਸ਼ਾਇਦ ਅੱਛਾ ਇਹ ਤੁਹਾਡੇ ਖਸਮ ਨੇ ਹਾਂਜੀ ਅੱਛਾ ਖਸਮ ਦਾ ਮਤਲਬ ਕੀ ਹੁੰਦਾ ਜ਼ਰਾ ਥੋੜ੍ਹਾ ਜਿਹਾ ਦੱਸਣਾ ਜੀ ਆਪਣਾ ਰੰਗ ਟੀਵੀ ਵੱਲੋਂ ਤੁਹਾਨੂੰ ਇੱਕ ਗਿਫਟ ਦਿੱਤਾ ਜਾ ਰਿਹਾ ਇਹ ਮੇਰੀ ਤੋਂ ਖੁਆਇਸ਼ ਹੈ ਮਾਸ਼ਾਅੱਲਾ ਜਿੰਨੀ ਹੈ ਜਿਸ ਤਰ੍ਹਾਂ ਪੰਜਾਬੀ ਬੋਲ ਰਹੇ ਨੇ ਅਤੇ ਜਿਸ ਤਰ੍ਹਾਂ ਇਹ ਪੰਜਾਬ ਨੂੰ ਉਜਾਗਰ ਕਰ ਰਹੇ ਨੇ ਮੇਰੇ ਹਿਸਾਬ ਨਾਲ ਇਹ ਚੈਨਲ ਜ਼ਰੂਰ ਔਨਲਾਈਨ ਲਾਈਵ ਆਉਣਾ ਚਾਹੀਦਾ ਮਾਸ਼ਾਅੱਲਾ ਇਹਨਾਂ ਦੀ ਐਫਰਟ ਨੂੰ ਕਬੂਲ ਕਰਨਾ ਚਾਹੀਦਾ ਮੇਰੇ ਖਿਆਲ ਇਹ ਯੂਟਿਊਬ ਚੈਨਲ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੇ ਔਰ ਬੈੱਲ ਆਈਕੋਨ ਦਬਾਏ ਜੀ ਅਸੀਂ ਹੁਣ ਇਸੇ ਤਰ੍ਹਾਂ ਦੂਸਰੀਆਂ ਫੈਮਲੀਆਂ ਨਾਲ ਵੀ ਗੱਲਬਾਤ ਕਰਾਂਗੇ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਮਾਸ਼ਾਅੱਲਾ ਜੀ ਇਹ ਵਾਲ ਵੇਖ ਸਕਦੇ ਹੋ ਇਹ ਵਿਗ ਤੇ ਨਹੀਂ ਲਾਈ ਤੁਸੀਂ ਅੱਛਾ ਜੀ ਮੇਰਾ ਹਾਲੇ ਸਿਸਟਰ ਹੋ ਤੁਸੀਂ ਇਹਨਾਂ ਦੀ ਅੱਛਾ ਪੰਜਾਬੀ ਦੇ ਵਿੱਚ ਗੱਲ ਕਰੋ ਅਤੇ ਮਾਸ਼ਾਅੱਲਾ ਉਹਨਾਂ ਦੀ ਸਿਸਟਰ ਨੇ ਮਜ਼ਾਕ ਦੇ ਤੌਰ 'ਤੇ ਉਹਨਾਂ ਦੇ ਵਾਲ ਖਿੱਚੇ ਨੇ ਅਤੇ ਉਹ ਇਹਦਾ ਮਤਲਬ ਕਿ ਸਬੂਤ ਹੋ ਗਿਆ ਕਿ ਵਾਲ ਉਹਨਾਂ ਦੇ ਓਰੀਜਨਲ ਨੇ ਅਤੇ ਇਹ ਜੀ ਇਹਦਾ ਰਾਜ਼ ਕੀ ਮਾਸ਼ਾਅੱਲਾ ਇੰਨੇ ਲੰਮੇ ਵਾਲ ਇਹਦਾ ਕੀ ਰਾਜ਼ ਕੀ ਇਸਤੇਮਾਲ ਕਰਦੇ ਹੋ ਜਾਂ ਕੁਦਰਤੀ ਹੈ
ਸਾਡੇ ਵਿਰਾਸਤ ਮਤਲਬ ਕਿ ਫੈਮਿਲੀ ਵਿੱਚ ਵੀ ਹੈ ਕਿ ਲੰਬੇ ਹੁੰਦੇ ਨੇ, ਲੇਕਿਨ ਮੈਂ ਪਹਿਲੀ ਲੜਕੀ ਹਾਂ ਜਿਹਦੇ ਬਹੁਤ ਜ਼ਿਆਦਾ ਮਾਸ਼ਾਅੱਲਾ ਹੋ ਗਏ ਨੇ, ਮਤਲਬ ਕਿ ਮੇਰੇ ਕਿੱਡੇ ਲੰਬੇ ਵਾਲ ਨੇ ਤੁਸੀਂ ਸਬੂਤ ਵੇਖ ਸਕਦੇ ਹੋ ਕਿ ਐਡੇ ਐਡੇ ਲੰਬੇ ਵਾਲ ਨੇ ਅਤੇ ਇਹਨਾਂ ਦੇ ਵੇਟ ਲੰਬੇ ਹੋ ਗਏ। ਅੱਛਾ, ਤੁਸੀਂ ਦੋਵੇਂ ਸਕੀਆਂ ਭੈਣਾਂ ਜੀ? ਸਕੀ ਮੈਨੂੰ ਛੋਟੀ ਹੋਈਆਂ ਬੜੀਆਂ ਮੇਰੇ ਸੇ। ਤਾਂ ਮੈਨੂੰ ਇਹ ਕਿ ਇੰਨਾ ਡਿਫਰੈਂਟ ਤੁਹਾਡੇ ਵਾਲ ਜਿਹੜੇ ਨੇ ਉਹ ਕੰਧਿਆਂ ਤੋਂ ਥੱਲੇ ਨਹੀਂ? ਇਤਨੇ ਇਤਨੇ ਥੇ, ਇਸ ਨੇ ਅਭੀ ਕਟਵਾ ਦੀ। ਮੇਰੇ ਸ਼ੌਕ ਨਹੀਂ, ਬੇਸਿਕਲੀ ਮੈਨੂੰ ਸ਼ੌਕ ਬਿਲਕੁਲ ਨਹੀਂ ਹੈ, ਮੈਨੂੰ ਇਹੀ ਅੱਛੇ ਲੱਗਦੇ ਇਤਨੇ ਦੇ ਵਾਲ। ਇਹ ਮਤਲਬ ਕਿ ਜਿਹੜਾ ਸਾਡਾ ਪੰਜਾਬ ਦਾ ਕਲਚਰ ਸੀ ਗੁੱਤ ਪਰਾਂਦਾ, ਕਦੀ ਪਰਾਂਦਾ ਪਾਇਆ ਵਾਲਾ? ਇਹਨਾਂ ਨੇ ਗੁੱਤ ਤੇ ਪਰਾਂਦਾ ਪਾ ਪਾ ਕੇ ਇਹਨੇ ਲੰਬੇ ਵਾਲ ਕੀਤੇ ਨੇ। ਤੇ ਵੀ ਬੋਲਣ ਦਾ ਮੌਕਾ ਦਿਓ ਤੁਸੀਂ। ਬੋਲ ਨਹੀਂ, ਕਿਹੜਾ ਤੇਲ ਇਸਤੇਮਾਲ ਕਰ ਰਹੇ ਹੋ? ਉਹ ਸਰਸੋਂ ਕਾ ਤੇ ਉਸਕੇ ਅੰਦਰ ਅਦਰਕ ਲਹਿਸਨ ਔਰ ਪਿਆਜ਼, ਉਸਕੋ अदरक लहसुन प्याज और अदरक और कैस्टर ऑयल को ना सरसों के ऑयल में ग्राइंड करके वो मैं लगाती रही हूँ, और मतलब के इसको चुटिया करके, दो तीन चुटिया करके, और उसके ऊपर मैं कपड़ा बांध के ना तो लपेट लेती हूँ, और तीन चार दिन बाद खोल के फिर धोती हूँ। तो ये बस मेरा राज है, ये 5 साल में बड़े हैं। अच्छा जी, वेख लो तुसी ये चीज़ां जिहड़ियां ना नोट कर लेना, मैं दिल च बिठा ली। अच्छा, वो ना वे के असी यही अपना तुहाडे वाला नुस्खा इस्तेमाल करिए ते अल्लाह ना करिए साडी होस्ट दी किते टिंड ना हो जावे? नहीं 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 नहीं, ये सही नुस्खा दसना तुसी? ये मैं तो यही लगाती हूँ और यही लगाती रही हूँ और मेरे बढ़ गए। ते अच्छा जी, एक साडा सवाल है कि पंजाबी जड़ी है, पंजाबी जुबान, पंजाबी बोलना साड़ी मादरी जुबान है, इन्हें पंजाबी बोलना चाहिए, लेकिन ये डिपेंड करता है इंसान के कड़े माहौल कितने बोलन दे। अदरवाइज असी लाइक असी बैंक चले जाइए या कितने होर चले जाइए, अब बोलिए तो साड़ी मजाक ही होएगा। नहीं, मिसाल है कि बैंक के विच अगर तुसी पंजाबी बोलोगे तो तुहाडा चेक कैंसल कर देंगे? नहीं नहीं, कैंसल नहीं करेंगे, लेकिन और कहते मैडम कितों उठ के आ गई है बस। जी मैडम मैनेजर? हाँ जी। तो तुसी कभी पंजाबी गल की अपने कस्टमर नाल? नहीं, कदे नहीं की, क्योंकि सानू बहुत अलाउड ही नहीं है। यानी कि तुहानू जुर्माना होना चाहिए कि तुसी जेड़े इदारे वाले हो वो लोगों को जेड़ा ना पंजाबी उर्दू बोलन ते या दूसरियां लैंग्वेज बोलन ते मजबूर कर दे। लेकिन पंजाबी जबान बड़ी मिठी है, इन्हें तुसी तू तू करके बोल दियो, ठीक है, लेकिन वड्डे आते हैं उन्होंने से तू कल करके नहीं बोल सकते हैं। इस वास्ते मतलब पंजाबी बहुत ज़्यादा हो गया। अगर वेख्या जाए, अगर तुसी पंजाबी दी कोई किताब पढ़ो वेख्या जाए तो पंजाबी दे विच जिन्ना अदब है उन्ना किसी भी जुबान दे विच अदब नहीं। तुहाडा की ख्याल है? मैं बेसिकली घर में बहुत पंजाबी बोलनी हूँ, लेकिन ये मैं कभी मना कर दिया नहीं कि तुम उर्दू बोलो, क्योंकि आजकल जिस तरह का साडा माहौल बन गया है ना कि हर कोई उर्दू बोल रहा होता है, अगर एकदम से बेच असी पंजाबी बोलने लग पे तो फिर अजीब जहा लगता है। लेकिन ये है कि असी पंजाबी भी बोलने हैं कितने बोलना पवे, उर्दू भी बोलने कितने बोलना पवे, और बड़े अच्छे तरीके मिठी जबान कड़ी है पंजाबी है। अपना रंग टीवी है, इनू लाइक भी करो, सबसक्राइब करो, शेयर भी करो, अच्छे अच्छे कमेंट भी करो। हाँ, 6 महीनों के ना दसने या 6 खेडा दे? 6 महीनों के ना केड़े पंजाबी च दसने ने? गर्मिया के दस दो, सर्दिया के दस दो। असू कत्ते पो मांग जेठ हाड़ होगा छे। अच्छा जी, असू कत्ते पो मांग जेठ हाड़, ऐ ते तुसी लोगों नु कर दिता शरद गर्म, ठीक है, ते ए दसो के इन्हां दे विचों गर्मियां दे केड़े महीने ने ते सर्दियां दे केड़े महीने? हाड़ जेठ गर्मियां, पो मांग सर्दियां। वेरी गुड। घोड़ी, फड़न फड़ाई, लुकन मिट्टी, गुल्ली डंडा, चार छुपन छुपाई, पंज खाने वाली घोड़ी, यसु पंजू, ठीक है जी, वेरी गुड। जी अपना रंग टीवी की तरफों तुहानू गिफ्ट दिता जा रहा, छड़ दिओ लैके जाना जी वापस। अपना अपना रंग सब्सक्राइब करो, शेयर करो, लाइक करो, लाइक करो, अस्सलाम वालेकुम। वालेकुम सलाम, की हाल है तो? हाँ जी शुक्र अल्लाह। पंजाबी आती? हाँ जी आती है थोड़ी थोड़ी। किन्नी को? 6 खेडा के ना दसो पंजाबी। कबड्डी, गुल्ली डंडा, कैंचे, यस्सू पंजू, हाल कबूतर डोली, बंदर किला, सही नहीं दस दोबारा तो दसो। गुल्ली डंडा, कबड्डी, बाजी, मैं माफी दे दो। हाँ जी जी सही जवाब ने। अबे का प्यो हो गया दादा, दादे का प्यो हो गया परदादा, तो परदादे के प्यो नूं असीं किवें बुलावांगे, किस रिश्ते तो बुलावांगे? परदादे के प्यो नूं बुलावांगे, परदादे का प्यो नहीं, इंज ते परदादा, परदादा हो गया दादे का प्यो, ऊपर भी है। अच्छा, परदादे से ऊपर जिसकी पोस्ट होती है ना, परदादा।
ਪਰ ਦਾਦਾ ਹੋ ਗਿਆ। ਇਹਦਾ ਮਤਲਬ ਕੀ ਹੈ? ਦਾਦੇ ਦਾ ਵੀ ਦਾਦਾ ਨਹੀਂ, ਇਹਦਾ ਸਹੀ ਜਵਾਬ ਦਿਓ। ਪਰਦਾਦੇ ਦਾ ਪਿਓ ਕੌਣ ਹੈ ਜੀ? ਪਰਦਾਦਾ ਪਿਓ ਨਗਰ ਦਾਦਾ। ਹਾਂਜੀ, ਨਗਰ ਦਾਦਾ। ਵੈਰੀ ਗੁੱਡ ਜੀ, ਵੈਰੀ ਗੁੱਡ। ਅੱਛਾ ਜੀ, ਤੁਸੀਂ ਸਾਡੇ ਸਵਾਲ ਦਾ ਜਵਾਬ ਦਿੱਤਾ। ਨਾਜ਼ਰੀਨ, ਸਾਡਾ ਮਤਲਬ ਇਹ ਨਹੀਂ ਕਿ ਪੜ੍ਹਾਈ ਬਿਲਕੁਲ ਹੀ ਨਾ ਕਰੋ, ਬਲਕਿ ਪੜ੍ਹਾਈ ਕਰਨੀ ਚਾਹੀਦੀ ਹੈ। ਪੜ੍ਹਾਈ ਤੋਂ ਬਗੈਰ ਬੰਦਾ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਕੋਰਾ ਕਾਗਜ਼ ਹੈ। ਲੇਕਿਨ ਪੜ੍ਹਾਈ ਦੇ ਨਾਲ ਨਾਲ ਅਦਬ ਸਿੱਖਣਾ ਔਰ ਅਦਬ ਦੇ ਨਾਲ ਪੇਸ਼ ਆਉਣਾ, ਅਦਬ ਅਦਾਬ ਜਿਹੜੇ ਨੇ, ਇਹ ਵੀ ਜ਼ਰੂਰੀ ਹੈ। ਰੰਗ ਟੀਵੀ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਵੀ ਕਰੋ, ਅੱਛੇ ਅੱਛੇ ਕਮੈਂਟ ਵੀ ਕਰੇ ਪਿਆਰੇ ਸੇ। ਹਾਂਜੀ, ਰੰਗ ਟੀਵੀ ਕੋ ਸਬਸਕ੍ਰਾਈਬ ਕਰੇ, ਸ਼ੇਅਰ ਕਰੇ ਔਰ ਕਮੈਂਟ ਕਰੇ। ਪਲ ਠਹਿਰ ਜਾਉ, ਦਿਲ ਦਿਲ ਸੰਭਲ ਜਾਏ, ਕੈਸੇ ਤੁਮੇ ਰੋਕਾ ਕਰੂੰ, ਅੱਬੇ ਦੇ ਵਾਲਦ ਨੂੰ ਕੀ ਕਹਿੰਦੇ ਨੇ? ਦਾਦਾ। ਤੇ ਦਾਦੇ ਦੇ ਵਾਲਦ ਨੂੰ? ਪਰਦਾਦਾ। ਪਰਦਾਦੇ ਦੇ ਵਾਲਦ ਨੂੰ ਕੀ ਕਹਿੰਦੇ ਨੇ? ਪਰਦਾਦੇ ਦੇ ਵਾਲਦ ਨੂੰ ਨਗਰ ਦਾਦਾ ਕਹਿੰਦੇ ਨੇ ਜੀ, ਪੰਜਾਬੀ ਦੇ ਵਿੱਚ। ਅੱਛਾ ਜੀ, ਜ਼ਬਰਦਸਤ। ਵੈਸੇ ਇਸ ਚੀਜ਼ ਦਾ ਤੁਹਾਨੂੰ ਕਿੰਨੇ ਦੱਸਿਆ ਇਹ ਸਵਾਲ ਦਾ ਜਵਾਬ, ਜਾਂ ਇਸ ਚੀਜ਼ ਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਹੈਗਾ ਕਿ ਮਾਂ ਪਿਓ ਦੀ ਤਰਬੀਅਤ ਜਾਂ ਇਹ ਆਪਣਾ ਤੁਹਾਡੀ ਪੜ੍ਹਾਈ ਲਿਖਾਈ ਦਾ ਨਤੀਜਾ ਹੈਗਾ? ਇਹਦੇ ਵਿੱਚ ਪੜ੍ਹਾਈ ਲਿਖਾਈ ਦਾ ਨਤੀਜਾ ਜੋ ਹੈ ਉਹ ਤੁਹਾਨੂੰ ਪਤਾ ਜ਼ਿਆਦਾ ਕਿ ਉਰਦੂ ਦੇ ਨਾਲ ਹੁੰਦਾ ਵੇ, ਲੇਕਿਨ ਇਹ ਜਿਹੜੇ ਸਵਾਲ ਦਾ ਜਵਾਬ, ਇਹ ਸਾਡੇ ਦਾਦਾ ਅੱਬੂ ਅੱਲਾ ਜਨਨ ਸਿੰਘ ਕਰੇ ਉਹ ਫੋਤ ਹੋ ਗਏ ਨੇ, ਅਤੇ ਉਹਨਾਂ ਦੇ ਨਾਲ ਗੱਪਸ਼ਪ ਦੇ ਨਾਲ ਔਰ ਸਾਡੇ ਵਾਲਦ ਸਾਹਿਬ ਦੀ ਗੱਪਸ਼ਪ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਚੱਲਦਾ ਜੀ। ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹਦਾ ਮਤਲਬ ਇਹ ਵੇ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ, ਲਾਜ਼ਮੀ ਪੜ੍ਹਾਓ। ਸਕੂਲੀ ਤਲੀਮ ਦੇ ਨਾਲ ਨਾਲ ਦੀਨੀ ਤਲੀਮ ਔਰ ਆਪਣੇ ਜਿਹੜੇ ਸਾਡੀ ਬਜ਼ੁਰਗਾਂ ਨੇ ਦੀਨ ਔਰ ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਵਾਲਦੈਨ ਨੇ, ਉਹਨਾਂ ਦੇ ਕੋਲ ਵੀ ਸਾਨੂੰ ਬੈਠਣਾ ਚਾਹੀਦਾ। ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਬਸਰ ਕੀਤੀ ਔਰ ਉਹਨਾਂ ਦਾ ਅਖਲਾਕ ਕੈਸਾ ਰਿਹਾ ਔਰ ਸਾਡੇ ਬਜ਼ੁਰਗਾਂ ਦਾ ਆਪਣੇ ਦੌਰ ਦੇ ਵਿੱਚ ਲੋਕਾਂ ਨਾਲ ਅਖਲਾਕ ਔਰ ਬੋਲਣ ਦਾ ਤਰੀਕਾ ਔਰ ਉਹਨਾਂ ਦਾ ਆਪਣੇ ਦੌਰ ਦੇ ਵਿੱਚ ਦੂਸਰੇ ਲੋਕਾਂ ਨਾਲ ਪੇਸ਼ ਆਉਣ ਦਾ ਤਰੀਕਾ, ਇਹ ਸਾਰੀਆਂ ਚੀਜ਼ਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ। ਪੜ੍ਹਾਈ ਦੇ ਨਾਲ ਨਾਲ ਅਦਬ ਸਿੱਖਣਾ ਵੀ ਜ਼ਰੂਰੀ ਹੈ। ਔਰ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਨਾਜ਼ਰੀਨ, ਤੁਸੀਂ ਵੇਖਿਆ ਕਿ ਪੰਜਾਬੀ ਦੇ ਹਵਾਲੇ ਨਾਲ ਅਸੀਂ ਲੋਕਾਂ ਨਾਲ ਖੱਟੀਆਂ ਮਿੱਠੀਆਂ ਗੱਲਾਂ ਕੀਤੀਆਂ ਔਰ ਬਹੁਤ ਪਿਆਰੀ ਹਸੀ ਮਜ਼ਾਕ ਵਾਲੀ ਗੁਫ਼ਤਗੂ ਕੀਤੀ ਹੈ। ਅਤੇ ਨਾਜ਼ਰੀਨ, ਸਕਰੀਨ 'ਤੇ ਸਾਡਾ ਨੰਬਰ ਵੀ ਚੱਲ ਰਿਹਾ, ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ 'ਤੇ ਕੋਈ ਵੀ ਯੂਨੀਕ ਮੁਨਫਰਿਦ ਕੋਈ ਕਹਾਣੀ, ਕੋਈ ਸਟੋਰੀ ਹੈ, ਸਾਨੂੰ ਇਸ ਨੰਬਰ ਦੇ ਉੱਤੇ ਸਾਨੂੰ ਸੈਂਡ ਕਰੋ। ਅਸੀਂ ਇਨਸ਼ਾਅੱਲਾ ਆਪਣਾ ਰੰਗ ਟੀਵੀ ਦੀ ਟੀਮ ਤੁਹਾਡੇ ਕੋਲ ਹਾਜ਼ਰ ਹੋਵੇਗੀ ਔਰ ਤੁਹਾਡੀ ਟੈਲੈਂਟ ਔਰ ਜਿਹੜੀ ਵੀ ਮੁਨਫਰਿਦ ਸਟੋਰੀ ਹੈ ਉਹ ਆਪਣਾ ਰੰਗ ਟੀਵੀ ਦੇ ਪਲੇਟਫਾਰਮ 'ਤੇ ਇਨਸ਼ਾਅੱਲਾ ਅਸੀਂ ਤੁਹਾਨੂੰ ਲਾਜ਼ਮੀ ਸ਼ਾਇਆ ਕਰਾਂਗੇ। ਅਤੇ ਨਾਜ਼ਰੀਨ, ਬਰਾਏ ਮਿਹਰਬਾਨੀ ਸਾਡਾ ਚੈਨਲ ਆਪਣਾ ਰੰਗ ਟੀਵੀ, ਇਹਨੂੰ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਵੀ ਕਰੋ, ਕਮੈਂਟ ਕਰੋ ਅਤੇ ਸ਼ੇਅਰ ਕਰੋ ਜਿੰਨਾ ਹੋ ਸਕਦਾ, ਅਤੇ ਸਾਨੂੰ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਕਿ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੰਜ ਦਾ ਲੱਗਾ। ਕਿੰਜ ਦਾ ਲੱਗਿਆ, ਠੀਕ ਹੈ, ਸਾਨੂੰ ਦਿਓ ਇਜਾਜ਼ਤ, ਹੁਣ ਅਸੀਂ ਚੱਲੇ ਹਾਂ ਆਪਣੇ ਘਰਾਂ ਨੂੰ, ਅਤੇ ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।